السلام علیکم ورحمۃ اللہ وبرکاتہ، لاکھوں کروڑ درود حضور نبی پاک صلی اللہ علیہ وسلم اور آپ کی آل پر۔ جناب اج پھر یہ دیکھ سکتے ہو کہ معاملات بنے سار، جناب سیٹنگ چینج ہوئی ہے، ادھر کلر ہو رہا وے، پینٹ اس دیوار دار جڑا یہ چینج ہونا وے، ادھر سارے پاپا جڑے کندھے نال چمٹے ہیں، یہ دیکھ لو پاپا کٹ دیاں گے جناب، پاپا ساڈا لگے ہیں جناب، یہ ہوں اِسی لگے ہاں، اندر جڑا پینٹ ہو رہا ہے، ادھر بھی پینٹ ہونا ہے، ਨਾਲ ਵਾਲੇ ਕਮਰੇ 'ਚ ਵੀ ਹੋਵੇਗਾ, ਉੱਧਰ ਭਾਈ ਮਨਜ਼ੂਰ ਸਭ ਲੱਗੇ ਨੇ, ਮੈਂ ਈਸਾ ਦਾ ਅਬੂ ਬਕਰ, ਅਸੀਂ ਬਾਹਰ ਜਿਹੜੇ ਨੇ ਉਹ ਗਾਰਡਨ ਦੀ ਸਫਾਈ ਕਰ ਰਹੇ, ਦੇਖ ਲਓ ਮੇਰਾ ਪੁੱਤਰ ਈਸਾ ਜਿਹੜੇ ਨੇ, ਹਾਂ ਈਸਾ ਈਸਾ ਮੇਰਾ ਪੁੱਤਰ, ਦੇਖ ਲਓ ਕਿਤਨੀ ਮਿਹਨਤ ਕਰ ਰਿਹਾ ਅਬੂ ਬਕਰ ਵੀ, ਇਹ ਦੇਖ ਲਓ ਅਬੂ ਬਕਰ ਸਾਹਿਬ ਵੀ ਜਨਾਬ, ਅੱਜ ਜਿਹੜੇ ਨੇ ਫਰਾਈਡੇ, ਕਿਉਂਕਿ ਇੱਧਰ ਦੇਖ ਲਓ ਇਸ ਪਾਸੇ ਰੰਗ ਮਿਕਸ ਹੁੰਦੇ ਨੇ ਪਏ, ਆਪਣੇ ਆਪਣੇ ਕੰਮਾਂ ਦੇ ਵਿੱਚ ਜਿਹੜੇ ਨੇ ਮਗਨ ਆ ਸਾਰੇ, ਸਫਾਈਆਂ ਹੋ ਰਹੀਆਂ ਜਨਰਲ ਸਫਾਈ। ਚਲੋ ਜੀ ਤੁਸੀਂ ਸ਼ੁਰੂ ਕਰ ਲਓ ਜੀ, ਸਾਦਾ ਪਿਆ ਵੀ ਹੋ ਗਿਆ ਵੈ, ਫੱਲੀ ਲੱਗੇ ਤੇ ਨਾਲ ਸਾਡੇ ਭਾਈ ਮਨਜ਼ੂਰ ਸਾਹਿਬ ਵੀ ਜਿਹੜੇ ਨੇ ਇਹ ਲੱਗੇ, ਭਾਪਾ ਸਾਡੇ ਦੂਏ ਭਾਈ ਸ਼ਰਮਾਉਂਦੇ ਨੇ ਜ਼ਰਾ ਨਾ, ਪਰ ਕੋਈ ਗੱਲ ਨੀ, ਅਸੀਂ ਲੱਗੇ ਹਾਂ ਪੇਂਟ ਕਰਨ, ਰਹਿਣ ਦੇ ਛੁੱਪਣ ਦੇ ਨਾ ਯਾਰ, ਉਹ ਸ਼ਾਹੀ ਹੁੰਦੇ ਨੇ ਕੁੜੀਆਂ ਹਨ, ਵੱਡੇ ਲੋਕ ਵੱਡੀਆਂ ਗੱਲਾਂ। ਜਨਾਬ ਅਲਹਮਦੁਲਿਲਾ, ਇਹ ਦੇਖੋ ਇਹ ਸਾਈਡ ਤੋਂ ਕਲਰ ਪੇਂਟ ਜਿਹੜਾ ਨੇ ਮਾਸ਼ਾਅੱਲਾ ਹੋ ਗਿਆ, ਇਹ ਦੀਵਾਰਾਂ ਹੋ ਗਈਆਂ, ਛੱਤ ਹੋ ਗਿਆ ਅਲਹਮਦੁਲਿਲਾ, ਇਹ ਦੇਖੋ ਕੈਸਾ ਜ਼ਬਰਦਸਤ ਜਨਾਬ ਚਮਕਣਾ ਦਮਕਣਾ, ਹੁਣ ਸਿਰਫ ਇਹ ਸਾਹਮਣੀ ਦੀਵਾਰ ਜਿਹੜੀ ਹੈ ਨਾ ਇੱਕ ਇਹ ਰਹਿ ਗਈ ਹੈ, ਠੀਕ ਹੈ ਜੀ, ਬਾਕੀ ਪਰਲੇ ਕਮਰੇ 'ਚ ਵੀ ਭਾਵ ਮਨਜ਼ੂਰ ਸਾਹਿਬ ਲੱਗੇ ਨੇ, ਮੈਂ ਜਨਾਬ ਟੀ ਵੀ ਸਾਫ਼ ਸਾਫ ਕੀਤਾ, ਨਾਲ ਇੱਧਰੋਂ ਥੋੜ੍ਹੀ ਬਹੁਤ ਸਫਾਈ ਕੀਤੀ ਹੈ, ਮੇਰਾ ਕੰਮ ਜਿਹੜਾ ਨੇ ਸਫਾਈ ਵਾਲਾ ਵਾ, ਇਹ ਜਨਾਬ ਹੁਣ ਬਾਹਰ ਜਿਹੜੇ ਨੇ ਇੱਥੇ ਵੀ ਭਾਪਾ ਮੇਰਾ ਪਹੁੰਚ ਆਏ ਨੇ, ਇਸ ਪਾਸੇ ਫੋਟੋ ਤਾਂ ਚੜੂ ਨਾ, ਫੋਟੋ ਦਾ ਨਾ ਫੋਟੋ ਤਾਂ ਚੜੇਗੀ ਇਹ ਜਨਾਬ ਦੇ, ਨਹੀਂ ਨਹੀਂ ਪਾਪਾ ਅੱਜ ਪਾਸੇ ਜਿਹੜੇ ਨੇ ਭਾਈ ਹੋਰੀ ਘੋਰ ਲੱਗੇ ਨੇ, ਉਹ ਕੈਮਰਾ ਸ਼ਾਈਨ ਉਹਨਾਂ ਨੂੰ ਅਸੀਂ ਵਿੱਚ ਸ਼ੋਅ ਨਹੀਂ ਕਰਨਾ, ਉਂਝ ਦੱਸ ਰਹੇ ਕਿ ਦੇਖ ਲਓ ਮਾਸ਼ਾਅੱਲਾ ਜ਼ਬਰਦਸਤ ਜਿਹੜੇ ਨੇ, ਛੱਤ ਵੀ ਇਹਦਾ ਹੋ ਗਿਆ ਅਤੇ ਦੀਵਾਰਾਂ ਵੀ ਤਕਰੀਬਨ, ਪਾਪਾ ਕਿਤਨੀਆਂ ਹੋਈਆਂ ਨੇ ਦੀਵਾਰਾਂ ਭਾਈ ਨਾ, ਕਿਤਨੀਆਂ ਦੀਵਾਰਾਂ ਹੋ ਗਈਆਂ? ਅੱਛਾ ਤੁਸੀਂ ਕੀ ਕਰਦੇ ਹੋ ਪੇ ਤੇ? ਅੱਛਾ ਉਹ ਟੀ ਵੀ 'ਚੋਂ ਦੇਖ ਸਕਦੇ ਹੋ ਤੁਸੀਂ ਭਾਈ, ਨਹੀਂ ਨਜ਼ਰ ਆਉਂਦੇ ਪਏ ਸਾਹਮਣੇ, ਨਹੀਂ ਅਸੀਂ ਤਕਾੜੇ ਤੁਹਾਨੂੰ ਕੈਮਰਾ ਸ਼ਾਈਨ, ਅਤੇ ਇਹ ਵੀ ਮਾਸ਼ਾਅੱਲਾ ਬਿਲਕੁਲ ਜਿਹੜਾ ਨਾ ਇੱਕ ਕੋਟ ਜੇ ਹੋਰ ਮਾਰਨਾ ਹੋਇਆ ਨਾ ਮਾਰਨੀ, ਬਾਕੀ ਇੱਥੇ ਸਾਰੀਆਂ ਦੀਵਾਰਾਂ ਇਹਦੀਆਂ ਵੀ ਹੋ ਗਈਆਂ ਨੇ ਅਲਹਮਦੁਲਿਲਾ, ਇਹ ਬਾਹਰ ਇਹ ਦੇਖ ਲਓ ਇਹ ਵੀ ਜਨਾਬ ਹੋ ਗਈ ਹੈ, ਸਿਰ ਇਸ ਦਾ ਛੱਤ ਵੀ ਹੋ ਗਿਆ, ਅਤੇ ਨੀਅਰਲੀ ਜਿਹੜਾ ਨੇ ਕੰਮ ਇਨਸ਼ਾਅੱਲਾ ਨੇੜੇ ਲੱਗ ਪਿਆ, ਈਸਾ ਦਾ ਵੀ ਬਕਰ ਨਹਾ ਧੋ ਕੇ ਜੁੰਮੇ ਵਾਸਤੇ ਰੈਡੀ ਹੋ ਕੇ ਬਾਹਰ ਬਹਿ ਗਏ, ਉਹਨਾਂ ਨੂੰ ਭਾਪੇ ਆਖਿਆ ਵੀ ਬਾਹਰ ਬਹਿਣਾ ਪੋਤੇ ਇੱਥੇ ਕੱਪੜੇ ਖਰਾਬ ਹੋਣਗੇ, ਠੀਕ ਹੈ ਬਾਕੀ ਉਹ ਈਸਾ ਉੱਧਰੋਂ ਸਲਾਮ ਲੱਗ ਗਿਆ ਕਰਨ, ਚਲੋ ਠੀਕ ਹੈ ਬਾਅਦ ਸਲਾਮ ਕਰ ਲਵੋ, ਠੀਕ ਹੈ ਜੀ, ਤੁਹਾਨੂੰ ਅਸੀਂ ਹੋਰ ਦੱਸੀਏ ਕਿ ਬਣ ਰਿਹਾ ਇੱਧਰੋਂ ਵਿਓ ਜੀ, ਇਹ ਦੇਖ ਲਓ ਜਨਾਬ ਹੁਣ ਅਸੀਂ ਚਾਹ ਪੀਣੀ ਹੈ, ਇਹਦੇ ਨਾਲ ਜਨਾਬ ਚਾਏ ਅਤੇ ਨਾਲ ਇਹ ਚੂਰੋਸ ਬਣ ਰਹੀਆਂ ਨੇ, ਇਹ ਟੀ ਬ੍ਰੇਕ ਦਾ ਟਾਈਮ ਹੋ ਗਿਆ, ਇੱਧਰ ਨਾਲ ਚਾਹ ਬਣ ਰਹੀ ਹੈ, ਇੱਧਰ ਵੀ ਮਾਸ਼ਾਅੱਲਾ ਖਾਣਾ ਨੀਅਰਲੀ ਰੈਡੀ ਹੋ ਗਿਆ, ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਜੀ ਕੱਢੋ ਬਾਹਰ, ਚੂਰੋਸ ਚਾਹ ਨਾਲ ਜਨਾਬ ਟੀ ਬ੍ਰੇਕ ਵੀ ਚੂਰੋ ਚੱਲਣੀ ਆ, ਇਸ ਪਾਸੇ ਦੇਖੋ ਜਿਹੜਾ ਗਾਰਡਨ ਸਾਫ਼ ਕੀਤਾ ਅੱਧਾ ਕੀਤਾ, ਕਿਉਂਕਿ ਮੈਂ ਅੱਗੇ ਹੀ ਆਖਿਆ ਜੀ ਪਤਾ ਨਹੀਂ ਕੀ ਪ੍ਰੋਬਲਮ ਹੈ, ਦਿਲ ਹੀ ਨਹੀਂ ਕਰਦਾ ਪਿਆ ਗਾਰਡਨ ਸਾਫ਼ ਕਰਨ ਦਾ, ਅਤੇ ਬਾਕੀ ਜਿਹੜਾ ਰਹਿੰਦਾ ਉਹ ਨੈਕਸਟ ਇਨਸ਼ਾਅੱਲਾ ਕਰਾਂਗਾ, ਕਿਉਂਕਿ ਕੀਤੇ ਹੀ ਜਾਨ ਛੁੱਟਣੀ ਹੈ, ਇੱਥੇ ਸਾਰਾ ਫਾਰਗ ਹੋ ਜਾਏਗਾ ਨਾ ਪੇਂਟ ਵਾਲਾ, ਇਹ ਜਨਾਬ ਅਸੀਂ ਪੈਪ ਲੈ ਕੇ ਆਏ ਸਾਂ ਉਦੋਂ ਜਿਹੜੇ ਨੇ ਜਿਸ ਵੇਲੇ ਕਿੰਗਸਬਰੀ ਵਾਲੇ ਪਾਸੋਂ ਮਿਨਵਰਥ ਗਏ ਸਨ ਕਾਰ ਬੂਟ ਸੇਲ 'ਤੇ, ਇਹ ਪਾਈਪ ਰੇੜੀ ਸ਼ੇੜੀ ਉੱਥੋਂ ਲਿਆਉਂਦੀ ਸੀ, ਇਹਦਾ ਲਿਆ ਕੇ ਮੈਂ ਜੁਗਾੜ ਕਰਕੇ ਜਨਾਬ ਜੋੜ ਛੱਡਿਆ, ਇੱਥੋਂ ਜੋੜ ਕੇ ਹੁਣ ਰੇੜੀ ਇੱਥੇ ਹੀ ਪੈ ਰਹਿੰਦੀ ਹੈ, ਪਾਈਪ ਲੈ ਜੋ ਬਾਹਰ
ਸ਼ੀਲਾ ਧੋਵੋ ਹੁਣੇ, ਕਿਉਂਕਿ ਜੁੰਮੇ ਤੋਂ ਬਾਅਦ ਸ਼ੀਲਾ ਧੋ ਕੇ ਤਾਂ ਫਿਰ ਕਿਧਰੇ ਨਿਕਲਿਆ ਜਾਵਾਂਗਾ। ਹਾਲਤ ਬੜੀ ਖਰਾਬ ਹੋਈ ਹੈ ਅਤੇ ਹੁਣ ਚਾਹ ਨਾਸ਼ਤਾ ਕਰਨੇ ਆ ਦੁਬਾਰਾ, ਕਿਉਂਕਿ ਸੁਬਹਾ ਇੱਕ ਵਾਰੀ ਨਾਸ਼ਤਾ ਕਰ ਚੁੱਕੇ ਹਾਂ, ਹੁਣ ਚਾਹ ਵਗੈਰਾ ਪੀਏਂਗੇ, ਉਸ ਤੋਂ ਬਾਅਦ ਥੋੜ੍ਹਾ ਜਿਹਾ ਕੰਮ ਰਹਿੰਦਾ ਉਹ ਮੁਕਾ ਕੇ ਅਤੇ ਜੁੰਮਾ ਸ਼ੁੰਮਾ ਪੜਾਂਗੇ ਤਾਂ ਉਸ ਤੋਂ ਬਾਅਦ ਖਾਣਾ ਉਸੇ। ਜਨਾਬ ਅਲਹਮਦੁਲਿਲਾ ਸਾਡਾ ਪੇਂਟ ਮੁਕੰਮਲ ਹੋ ਗਿਆ, ਹੁਣ ਅਸੀਂ ਤਿਆਰੀ ਕਰ ਰਹੇ ਹਾਂ ਜੁੰਮਾ ਪੜਨ। ਇਹ ਦੇਖ ਲਓ ਭਾਪਾ ਸਾਡਾ ਕੈਸਾ ਕੈਸਾ ਬਿਹਤਰੀਨ ਪੇਂਟ ਹੋ ਗਿਆ ਜਨਾਬ। ਉਹ ਭਾਪਾ ਬਾਹਰ ਨੱਸ ਕੇ ਟੁਰ ਗਿਆ, ਤਾਂ ਮਾੜੀ ਫੋਟੋ ਨਹੀਂ ਆਉਣੀ ਚਾਹੀਦੀ। ਮੈਂ ਭਾਪਾ ਇਹ ਕਿਸ ਤਰ੍ਹਾਂ ਹੋਇਆ ਬਾਈ, ਹੁਣ ਜਨਾਬ ਅਸੀਂ ਜਿਹੜਾ ਜੁੰਮਾ ਪੜਨ ਜਾ ਰਹੇ ਹਾਂ ਇਨਸ਼ਾਅੱਲਾ। ਇਸ ਦੀਵਾਰ 'ਤੇ ਇੱਕ ਕੋਟ ਹੋਰ ਵੱਜੇਗਾ, ਤੋ ਬਾਕੀ ਹੈ ਬਿਹਤਰੀਨ ਜਨਾਬ ਜ਼ਬਰਦਸਤ ਮਾਹੌਲ ਬਣ ਗਿਆ ਅਤੇ ਚੱਲ ਗਏ ਜੁੰਮਾ ਸ਼ੁੰਮਾ ਪੜਨੇ ਆ, ਤਾਂ ਬਾਕੀ ਬਾਤ ਹੈ। ਦੇਖ ਲਓ ਕੈਸਾ ਜ਼ਬਰਦਸਤ ਕਿਸਮ ਜਨਾਬ ਮਟਨ ਪਲਾਓ ਬਣਿਆ, ਨਾਲ ਫਰੈਸ਼ ਰੋਟੀ ਬਣ ਰਹੀ ਹੈ। ਇਸ ਪਾਸੇ ਜਨਾਬ ਨਾਲ ਦਾਲ ਘੋਟੇ ਵਾਲੀ ਬਣੀ ਹੈ। ਇਹ ਦੂਸਰਾ ਚੈੱਕ ਕਰਾਓ ਜੀ, ਬਿਸਮਿਲਲਾਹ ਦੀ ਬਰਕਤ, ਕਿਆ ਧੂੰਏ ਮਾਰਦਾ ਪਿਆ ਜੀ, ਮਾਸ਼ਾਅੱਲਾ ਤਬਾਰਕਰ ਰਹਿਮਾਨ। ਇਸ ਪਾਸੇ ਜਨਾਬ ਇਸ ਪਾਸੇ ਜੀ ਮਟਨ, ਉੱਧਰ ਮੈਂ ਉੱਧਰ ਲਾਉਣਾ ਪਿਆ, ਤਾਂ ਇਹ ਜਨਾਬ ਮਟਨ ਇਸ ਪਾਸੇ ਬਣੇ ਆ ਪਏ ਆ, ਕਿ ਪੂਰੀ ਜਿਹੜੀ ਹੈ ਮਾਸ਼ਾਅੱਲਾ ਟਿਕਾ ਗਾ ਸੇਵਾ ਜਿਹੜੀ ਹੈ ਨਾ ਭਾਅ ਜੂਰੇ ਦੀ ਅਤੇ ਭਾਅ ਫਲੀ ਦੀ ਅਸੀਂ ਕਰੀਏ। ਅੱਲਾਹ ਪਾਕ ਉਹਨਾਂ ਨੂੰ ਅਜਰੇ ਅਜ਼ੀਮਤ ਆ ਫਰਮਾਇਆ, ਸੋਹਣਾ ਜਨਾਬ ਕੰਮ ਸਾਡਾ ਵਿਖਾ ਦਿੱਤਾ ਟਾਈਮੋ ਟਾਈਮ, ਅਤੇ ਬਿਹਤਰੀਨ ਜਨਾਬ ਫਰੈਸ਼ ਚਪਾਤੀ ਅਤੇ ਫਰੈਸ਼ ਜਨਾਬ ਪਲਾਓ, ਮਾਸ਼ਾਅੱਲਾ ਮਾਸ਼ਾਅੱਲਾ। ਇਹ ਜਨਾਬ ਅਲਹਮਦੁਲਿਲਾ ਅਸੀਂ ਖਾਣਾ ਖਾਣ ਲੱਗੇ, ਅਬੂ ਬਕਰ ਸਾਹਿਬ ਸਾਹਮਣੇ ਬੈਠੇ ਅਤੇ ਬਾਕੀ ਬੰਦੇ ਜਿਹੜੇ ਕੈਮਰੇ 'ਚ ਸ਼ਰਮਾਉਂਦੇ ਨੇ ਵੀ ਅਸੀਂ ਜੀ ਬਿਲਕੁਲ ਉਹਨਾਂ ਨੂੰ ਵਿੱਚ ਨਹੀਂ ਲਿਆਵਾਂਗੇ, ਉਹਨਾਂ ਦੇ ਤੁਹਾਨੂੰ ਹੱਥ ਤਾਂ ਪੈਰ ਹੀ ਨਜ਼ਰ ਆਵਣਗੇ ਤਾਂ ਪਛਾਣ ਲਵੇ ਉਹਦੇ ਤੋਂ, ਅਤੇ ਬਾਕ ਆ ਸਕਦੇ ਹਾਂ, ਸਾਨੂੰ ਕੋਈ ਇਸ਼ੂ ਨਹੀਂ ਹੈ। ਠੀਕ ਹੈ ਜੀ, ਹੁਣ ਲੱਗੇ ਹਾਂ ਖਾਣਾ ਖਾਣ। ਬਾਕੀ ਦੋਵੇਂ ਬੰਦੇ ਤੁਸੀਂ ਸਾਨੂੰ ਪਤਾ ਹੀ ਹੈ ਕਿਹੜੇ, ਅਸੀਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ। ਉਹ ਇੱਕ ਤਾਂ ਬੰਦਾ ਕੁਰਸੀ ਛੋੜ ਗਿਆ ਉੱਠ ਕੇ।